ਸੈਂਟਰ ਹੈਡ ਟੀਚਰ ਜੀ ਰਿਸ਼ ਕੁਮਾਰ ਛਾਵੜਾ ਮੁਰਦਾਬਾਦ 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 ਬੱਚਿਆਂ ਦਾ ਰਾਸ਼ਨ ਚੋਰੀ ਕਰਨ ਵਾਲਾ ਟੀਚਰ ਮੁਰਦਾਬਾਦ 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 ਪੀ ਐਚ ਵੀ ਰਜਨੀਸ਼ ਕੁਮਾਰ ਛਾਵੜਾ ਮੁਰਦਾਬਾਦ 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 ਦਿਖਾ ਰਹੇ ਆ ਜਲਾਲਾਬਾਦ ਦੇ ਪਿੰਡ ਧਰਮੂ ਵਾਲਾ ਜਿਸ ਨੂੰ ਕੀ ਮੋਹਰ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਰ ਸਿੰਘ ਵਾਲਾ ਇਸ ਟਾਈਮ ਅਸੀਂ ਮੌਜੂਦ ਆ ਰੋਜ਼ ਦੀ ਤਰ੍ਹਾਂ ਆਮ ਤੌਰ ਤੇ ਜਿਹੜਾ ਸਕੂਲ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਔਰ ਬੱਚੇ ਆਮ ਦਿਨਾਂ ਵਾਂਗ ਹੀ ਇੱਥੇ ਆਪਣੀ ਪੜ੍ਹਾਈ ਕਰ ਰਹੇ ਆ ਲੇਕਿਨ ਦੂਸਰੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿਹੜੀਆਂ ਕੀ ਪੂਰੀ ਤਰ੍ਹਾਂ ਦੇ ਨਾਲ ਵੱਖ ਨੇ ਇੱਥੇ ਪਿੰਡ ਵਾਸੀ ਧਰਨੇ ਤੇ ਬੈਠੇ ਆ ਮਾਮਲਾ ਹੈ ਮਿਡ-ਡੇ ਮੀਲ ਦਾ ਰਾਸ਼ਨ ਉਸ ਦੇ ਵਿੱਚ ਗਬਨ ਕੀਤੇ ਜਾਣ ਦਾ આરોਪ ਹਨ ਕਿ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਹੀ ਮਿਡ-ਡੇ ਮੀਲ ਦਾ ਰਾਸ਼ਨ ਜਿਹੜਾ ਹੈਗਾ ਉਸ ਨੂੰ ਵੇਚ ਦਿੱਤਾ ਗਿਆ ਤਾਂ ਵੇਚਣ ਦੇ ਇਲਜ਼ਾਮ ਜਿਹੜੇ ਨੇ ਉਹ ਹੋਰ ਕਿਸੇ ਤੇ ਨਹੀਂ ਪਿੰਡ ਦੇ ਜਿਹੜਾ ਮਾਫ ਕਰਨਾ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਸ ਦੇ ਵੱਲੋਂ ਬੱਚਿਆਂ ਦਾ ਖਾਣਾ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪਿੰਡੇ ਮਿਲ ਸਕੀਮ ਦੇ ਤਹਿਤ ਜਿਹੜਾ ਭੋਜਨ ਬੱਚਿਆਂ ਨੂੰ ਦਿੱਤਾ ਜਾਂਦਾ ਉਸ ਨੂੰ ਵੇਚ ਦਿੱਤਾ ਗਿਆ ਇਲਜ਼ਾਮ ਕੀ ਨੇ ਕੀ ਮੰਗਾ ਨੇ ਧਰਨਾ ਕਾਦੇ ਲਈ ਲਾਇਆ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਮੰਗਾ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਮਾਮਲਾ ਹੈ ਕੀ ਪੂਰਾ ਸਰ ਮਾਮਲਾ ਇਹ ਹੈਗਾ ਵੀ ਪਿਛਲੇ ਦਿਨਾਂ ਵਿੱਚ ਸਕੂਲ ਦੇ ਸੀਨੀਅਰ ਹੈੱਡ ਟੀਚਰ ਜਿਹੜੇ ਰਜਨੀਸ਼ ਕੁਮਾਰ ਸ਼ਾਭੜਾ ਜੀ ਉਹ ਇਥੋਂ ਰਾਸ਼ਨ ਚੋਰੀ ਕਰਕੇ ਲੈ ਗਏ ਨੇ ਕਰੀਬ 16 ਤੇ 18 ਗੱਟਿਆਂ ਦੇ ਆਸ-ਪਾਸ ਆਦਾ ਇੱਕ ਪ੍ਰਾਈਵੇਟ ਵਹੀਕਲ ਲੈ ਕੇ ਆਂਦੇ ਨੇ ਜਿੰਦੇ ਤੇ ਕਰੀਬ 16 ਤੋਂ 18 ਗੱਟੇ ਰਾਸ਼ਨ ਲੱਦ ਕੇ ਲੈ ਜਾਂਦੇ ਨੇ ਜਿਨ੍ਹਾਂ ਵਿੱਚ ਕਣਕ ਤੇ ਚੌਲ ਤੇ ਹੋਰ ਜਿਹੜਾ ਮਿਡ ਡੇ ਮੀਲ ਵਿੱਚ ਖਾਣਾ ਦੇ ਵਿੱਚ ਜਿਹੜਾ ਸਮਾਨ ਜ਼ਰੂਰੀ ਸਮਾਨ ਵਰਤਿਆ ਜਾਂਦਾ ਹੈ ਉਹ ਸਾਰਾ ਹੀ ਲੱਦ ਕੇ ਲੈ ਗਏ ਨੇ ਅੱਛਾ ਭਈ ਕਹਿੰਦੇ ਵੀ ਹੋਰ ਵੀ ਪਹਿਲਾਂ ਵੀ ਜਿਹੜੇ ਜਿਹੜੇ ਇੱਥੇ ਪ੍ਰਿੰਸੀਪਲ ਹੈਗੇ ਉਹਨਾਂ ਤੇ ਪਹਿਲਾਂ ਵੀ આરોਪ ਲੱਗੇ ਆ ਜਿੱਥੇ ਉਹ ਪਹਿਲਾਂ ਰਹਿ ਕੇ ਆਏ ਹਾਂਜੀ ਇਹ ਕਹਿੰਦੇ ਵੀ ਪਿੱਛੇ ਵੀ ਨੇ ਇਹੋ ਹੀ ਕੰਮ ਕਰਦਾ ਸੀ ਤੇ ਜਿਹੜਾ ਮਨ ਲਓ ਕੋਈ ਫੰਡ ਆ ਗਿਆ ਫੰਡ 'ਚ ਕਫਲਾ ਕਰ ਦਿੰਦਾ ਹੈ ਤੇ ਹੁਣ ਇੱਥੇ ਸਾਡੇ ਸਕੂਲ 'ਚ ਪਹਿਲਾਂ ਸੀ ਲੱਕੜਾ ਇਹਨੂੰ ਦਿੱਤੀਆ ਸੀ ਇਹਨੇ ਸਾਡੇ ਕੋਲ ਲੱਕੜਾ ਲੈ ਲਈ ਤੇ ਬੇਲ ਉਹਦੋਂ ਕਟਵਾ ਲਿਆ ਸਰਕਾਰੀ ਤੇ ਉਹ ਵੀ ਇਹ ਪੈਸੇ ਢਾਪ ਕਰ ਗਿਆ ਸੀ ਜੀ ਤੇ ਅਸੀਂ ਵੀ ਉਹ ਸਾਹਿਬ ਨੂੰ ਵੀ ਮੰਗਵਾਇਆ ਸੀ ਉਨੇ ਜੋ ਕਾਰਵਾਈ ਕੀਤੀ ਹੈ ਉਪਰ ਉਹਦਾ ਸੀ ਉਹਦੇ ਤੋਂ ਤੰਦ ਉਸ ਤਰੀਕੇ ਆ ਪਿੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਏ ਡੀਓ ਸਾਹਿਬ ਨੇ ਇਹਨੂੰ ਹੈਂਡਲ ਕਰਨਾ ਚਾਹੀਦਾ ਇਸ ਮਸਲੇ ਨੂੰ ਤਾਂ ਕਿ ਸਕੂਲਰ ਮੈਨੂੰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਚੇਅਰਮੈਨ ਨੂੰ ਪਤਾ ਲੱਗਿਆ ਕਿ ਤੁਸੀਂ ਵੀ ਚੈੱਕਾਂ ਤੇ ਖਾਲੀਆਂ ਤੇ ਸਾਈਨ ਕਰਕੇ ਦੇ ਦਿੱਤੇ हां जी जी कर देते जी ਮੈਂ ਕਹ ਸਕੂਲ ਤੇ ਮੈਨੂੰ ਆਂਦਾ ਸਕੂਲ ਦਾ ਆਪਣਾ ਕੰਮ ਰੁਕ ਜਾਣਾ ਤੇ ਮੈਂ ਕਹ ਵੀ ਸਕੂਲ ਦਾ ਮੈਨੂੰ ਫਿਰ ਇਹਨਾਂ ਨੂੰ ਮੈਂ ਪੁੱਛਾਂ ਅੰਦਰ ਕਰ ਦੋ ਫਿਰ ਮੈਂ ਕਰਤਾ ਮੈਂ ਕਹ ਸਕੂਲ ਦਾ ਕੰਮ ਨਾ ਰੁਗੇ ਸਾਡੇ ਦਾ ਤੇ ਮੈਂ ਮੇਰੀ ਤਾਂ ਕੋਸ਼ਿਸ਼ ਹੈਗੀ ਵੀ ਸਕੂਲ ਵਧੀਆ ਬਣਾਵਣ ਤੇ ਪਰ ਇਸ ਦਿਨ ਦੀ ਸੋਚ ਕੋਈ ਨਹੀਂ ਜਦੋਂ ਤਾਂ ਮੈਂ ਇਥੋਂ ਦਾ ਚੇਅਰਮੈਨ ਬਣਾ ਆ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਪੁੱਛ ਲੋ ਜਿਹੜੇ ਮੁੰਡੇ ਲੱਗੇ ਨੇ ਜਾਂ ਟੀਚਰਾਂ ਨੂੰ ਪੁੱਛ ਲੋ ਕਿੰਨਾ ਵਧੀਆ ਕੰਮ ਹੋ ਰਿਹਾ ਹੈ ਅੱਜ ਵੀ ਅਸੀਂ ਇਹ ਕਟਿੰਗ ਦਾ ਕੰਮ ਆਵੇਂ ਸਾਨੂੰ ਕੋਲੂ ਪੈਸੇ ਦੇਣੇ ਪੈਣ ਉਹ ਕਟਿੰਗ ਵੀ ਹੋ ਰਹੀ ਹੁਣ ਜਿਹੜੀ ਦਰਖਤਾਂ ਦੀ ਜੀ ਇਹ ਅਸੀਂ ਬੜੀ ਅਚਾਨੇ ਪਰ ਇਹਨੇ ਨਹੀਂ ਸਾਡੇ ਸਕੂਲ ਦੀ ਕੋਈ ਸਦਾਰ ਕੇ ਪ੍ਰਿੰਸੀਪਲ ਨੇ ਜੀ ਜਿਹੜੇ ਕਪੜਾ ਕੀਤਾ ਜੀ ਜਿਹੜੇ 16 17 ਘੱਟੇ ਤੇ ਦਾਣੇ ਚੱਕੇ ਸੀ ਜਿਹੜੇ ਤੇਲ ਸੀ ਜਿਹੜਾ ਮਸਾਲਾ ਜਿਹੜਾ ਦਾਲਾਂ ਸੀ ਇਹਨੂੰ ਪਤਾ ਲੱਗਿਆ ਜੀ ਇਨਚਾਰਜ ਬੀਪੀਓ ਸਾਹਿਬ ਨੇ ਦੇ ਦਿੱਤਾ ਸੀ ਪ੍ਰੀਤਮ ਸਰ ਨੂੰ ਇਹਨੂੰ ਪਤਾ ਸੀ ਵੀ ਮੈਂ ਬਚਤ ਆ ਗਈ ਤੇ ਮੈਨੂੰ ਪਿੰਡ ਵਾਲੇ ਪੁੱਛਣਗੇ ਤੇ ਇਹਨੇ ਉਹਦੇ ਜਲਦੀ ਜਲਦੀ ਵਿੱਚ ਜਿਵੇਂ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਜੀ ਉਸੇ ਕਰਕੇ ਇਹਨੇ ਵੀ ਆਦੇ ਦਾਣੇ ਵਹੀਕਲ ਲਿਆ ਕੇ ਇੱਕ ਸਪਾਈ ਹੈਗੀ ਆਲੀ ਹੈਗੀ ਇਹਦੇ ਨਾਲ ਰਲੀ ਵੀ ਉਹਦਾ ਮੁੰਡਾ ਤੇ ਸਪਾਈ ਵਾਲੀ ਤੇ ਨ ਤਿੰਨਾਂ ਨੇ ਛੁੱਟੀ ਤੋਂ ਬਾਅਦ 2:30 ਵਜੇ ਦੇ ਵਿੱਚ ਵਿੱਚ ਇਹਨਾਂ ਲੱਦ ਕੇ ਵਹੀਕਲ ਤੇ ਲੈ ਗਏ ਨੀ ਜੀ ਸਾਨੂੰ ਅਚਾਭ ਵਿਭਾਗ ਨੇ ਹੁਣ ਕੋਈ ਕਾਰਵਾਈ ਕੀਤੀ ਆਈ ਸੀ ਨਹੀਂ ਜੀ ਕੋਈ ਨਹੀਂ ਸਾਨੂੰ ਅਜੇ ਕੋਈ ਗੱਲ ਉਹੋ ਜੀ ਬਣੀ ਨਹੀਂ ਜੀ ਜਿੰਨੀ ਅਸੀਂ ਚਾਹਦੇ ਸੀ ਨਾ ਜਿੰਨਾ ਸਾਡੇ ਚ ਉਸ ਦਿਨ ਵੀ ਸਾਰਾ ਪਿੰਡ ਇਕੱਠਾ ਹੋਇਆ ਸੀ ਅੱਜ ਵੀ ਸਾਡੀ ਮੰਗ ਹੈ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਨੂੰ ਡਿਸਮਿਸ ਕੀਤਾ ਜਾਵੇ ਤੇ ਜਿਹੜਾ ਇਹਦਾ ਪ੍ਰੋਪਰਟੀ ਹੈ ਉਹਦੇ ਉਹਦੇ ਤੇ ਵੀ ਉਹ ਨਿਗਾਹ ਪਾਈ ਜਾਵੇ ਵੀ ਕਿਥੋਂ ਬਣਾਈ ਇਹਨੇ ਕਿਵੇਂ ਬਣਾਈ ਇਹ। ਬਿਲਕੁਲ ਸਕੂਲ ਦੇ ਬਾਹਰ ਪਿੰਡ ਵਾਸੀ ਜਿੱਥੇ ਧਰਨਾ ਦੇ ਰਹੇ ਆ ਉੱਥੇ ਮੰਗ ਕਰ ਰਹੇ ਆ ਕਿ ਇੱਥੋਂ ਦੇ ਜਿਹੜੇ ਹੈਡਮਾਸਟਰ ਹੈ ਉਹਨਾਂ ਦੀ ਜਾਂਚ ਜਿਹੜੀ ਆ ਕੀਤੀ ਜਾਵੇ। ਇੱਥੋਂ ਤੱਕ ਉਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੇ ਵੱਲੋਂ ਇਹ ਬੱਚਿਆਂ ਦਾ ਰਾਸ਼ਨ ਵੇਚਿਆ ਗਿਆ ਉਸ ਦੇ ਏਵਜ਼ ਦੇ ਵਿੱਚ ਉਹਨਾਂ ਤੇ ਕਾਰਵਾਈ ਹੋਵੇ ਅਤੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਮੰਗ ਹੈ ਪਿੰਡ ਵਾਸੀਆਂ ਦੀ ਸਕੂਲ ਦੇ ਚੇਅਰਮੈਨ ਦੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਕਿ ਹੈਡਮਾਸਟਰ ਹੈ ਉਸ ਦੀ ਪ੍ਰਾਪਰਟੀ ਦੀ ਜਾਂਚ ਵੀ ਜਿਹੜੀ ਹੈ ਉਹ ਕਰਵਾਈ ਜਾਵੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਧਰਨਾ ਪ੍ਰਦਰਸ਼ਨ ਸਕੂਲ ਦੇ ਬਾਹਰ ਚੱਲ ਰਿਹਾ ਹੈ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਿੰਸੀਪਲ ਤੇ ਹੈਡਮਾਸਟਰ ਤੇ ਕਾਰਵਾਈ ਨਹੀਂ ਹੁੰਦੀ ਧਰਨਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਵੀਡੀਓ ਜਰਨਲਿਸਟ ਰਾਜ ਦੇ ਨਾਲ ਅਰਵਿੰਦਰ ਤਨੇਜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ